ਉਹ ਹਰ ਇੱਕ ਨੂੰ ਕਪਿਲ ਦਾ ਸ਼ੋਅ ਨਾ ਸਮਝੀ ਜਾਣ। ਉਹਨਾਂ ਨੂੰ ਮੈਂ ਅੱਗੇ ਵੀ ਕਿਹਾ ਸੀ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਉਹਨਾਂ ਨੇ ਪ੍ਰਧਾਨਗੀ ਸਾਂਭੀ ਆ, ਅਤੇ ਉਹ ਉਦੋਂ ਲਾਪੇ ਸੀ ਕਿਸਾਨਾਂ ਨੂੰ ਦੱਸਣ ਪਈਏ ਪਿਆਸੇ ਆ ਅਤੇ ਮੈਂ ਕੂਹਾਂ। ਸੋ ਇੱਦਾਂ ਦੀ ਸ਼ਬਦਾਵਲੀ ਉਹ ਨਾ ਵਰਤਣ। ਮੈਂ ਤਾਂ ਉਹਨਾਂ ਨੂੰ ਕਹਾਂਗਾ ਵਾਹਿਗੁਰੂ ਨਾਲ ਸਦਬੁੱਧੀ ਦੇਵੇ, ਸਟੇਜਾਂ 'ਤੇ ਚੜ੍ਹ ਕੇ ਬਹੁਤ ਟੱਪਣ ਨੱਚਣ ਨਾਲੋਂ ਕੋਈ ਕੰਮ ਕਰਕੇ ਵਿਖਾਓ। ਜੇ ਸੱਚੇ ਮਨੋਂ ਕਰੇਗਾ ਤਾਂ ਵਾਹਿਗੁਰੂ ਉਹਦੇ ਨਾਲ ਹੋਏਗਾ, ਜੇ ਝੂਠ ਬੋਲੇਗਾ ਤਾਂ ਵਾਹਿਗੁਰੂ ਨੂੰ ਸੁੱਟ ਲਏਗਾ। ਸਿਆਸਤਦਾਨਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਕਿ ਅੱਗੇ ਇਹਨਾਂ ਨੇ ਖੇਤੀ ਕਿੱਤੇ ਨੂੰ ਇਗਨੋਰ ਕੀਤਾ, ਹੁਣ ਤੱਕ ਪੰਜਾਬ ਦੀ ਅਰਥ ਵਿਵਸਥਾ ਜਿਹੜੀ ਆ ਉਹ ਖੇਤੀ 'ਤੇ ਟਿਕੀ ਹੋਈ ਆ, ਖੇਤੀ ਕਿੱਤੇ 'ਤੇ ਟਿਕੀ ਹੋਈ ਆ। ਜੇ ਪੰਜਾਬ ਨੂੰ ਉੱਚਾ ਚੁੱਕਣਾ ਤਾਂ ਖੇਤੀ ਨੂੰ ਉੱਚਾ ਚੁੱਕਣਾ ਜ਼ਰੂਰੀ ਹੈ। ਜੇ ਕੋਈ ਕਿਸਾਨ ਆਗੂ ਲੜੇਗਾ ਕਿਉਂ, ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਇਹਨੇ ਕੋਈ ਰਜਿਸਟਰੀ ਕਰਾਈ ਹੋਈ ਆ ਪੰਜਾਬ ਦੀ ਆਪਣੇ ਨਾਂ 'ਤੇ, ਕੁਰਸੀਆਂ ਦੀ ਰਜਿਸਟਰੀ ਕਰਾਈ ਹੋਈ ਆ। ਕਿਸੇ ਨੂੰ ਹੱਕ ਨਹੀਂ, ਕੋਈ ਕਿਸਾਨ ਦਾ ਪੁੱਤਰ ਕੋਈ ਮਜ਼ਦੂਰ ਦਾ ਪੁੱਤਰ ਨਹੀਂ ਬੈਠ ਸਕਦਾ। ਹਟਣਾ ਪਿਆ ਕਿਉਂਕਿ ਜਿੱਦਾਂ ਜਿੰਨਾ ਉਹਨਾਂ ਨੇ ਤਸ਼ੱਦਦ ਕੀਤਾ ਉਹਨਾਂ ਉਹਨਾਂ ਲੋਕਾਂ ਦੇ ਵਿੱਚ ਰੋਹ ਵਧਿਆ, ਗੁੱਸਾ ਵਧਿਆ। ਉਹ ਗੁੱਸਾ ਵਧਣ ਨਾਲ ਹੀ ਜਿਹੜੇ ਅੱਜ ਦੇ ਹਾਲਾਤ ਪੈਦਾ ਹੋਏ ਨੇ ਕਿ ਉਹਨਾਂ ਨੂੰ ਜਦੋਂ ਪਤਾ ਲੱਗਿਆ ਕਿ ਸਾਡੀ ਰਾਜਨੀਤਿਕ ਜ਼ਮੀਨ ਜਿਹੜੀ ਸਾਡੇ ਕੋਲ ਖੁੱਸ ਜਾਏਗੀ, ਫਿਰ ਉਹ ਉਸ ਭੈ ਚਾ ਕੇ ਉਸਨੇ ਇਹ ਫੈਸਲਾ ਲਿਆ। ਪਰ ਹੁਣ ਸਮਝਦੇ ਹੋ ਕਿ ਪੰਜਾਬ ਦੀ ਸਿਆਸਤ 'ਚ ਇਸ ਵਾਰ ਅੰਦੋਲਨ ਦਾ ਕੋਈ ਰੋਲ ਰਹੇਗਾ? ਵੱਡਾ ਰੋਲ ਰਹੇਗਾ, ਵੱਡਾ ਰੋਲ ਰਹੇਗਾ। ਹੁਣ ਜਿਹੜਾ ਅਸੀਂ ਪਹਿਲੇ ਦਿਨ ਕਹਿ ਕੇ ਆਏ ਸੀ, ਜਿਸ ਦਿਨ ਮੀਟਿੰਗ ਹੋਈ ਸੀ ਚੰਨੀ ਸਾਹਿਬ ਨਾਲ, ਤਾਂ ਜਦੋਂ ਪਹਿਲਾਂ ਸਾਰੀਆਂ ਪੋਲੀਟੀਕਲ ਪਾਰਟੀਆਂ ਨੇ ਹੋਏਗਾ, ਜੇ ਉਹ ਚੋਣ ਮਨੋਰਥ ਪੱਤਰ ਹੁਣ ਤੁਸੀਂ ਉਹਦੇ ਵਿੱਚ ਉਹ ਗੱਲਾਂ ਲਿਖਿਓ ਜਿਹੜੀਆਂ ਲਾਗੂ ਕਰਨੀਆਂ ਨੇ, ਨਹੀਂ ਤਾਂ ਫਿਰ ਤੁਹਾਨੂੰ ਬਿਲਕੁਲ ਖੜ ਕੇ ਮੂਹਰੇ ਸਵਾਲ ਪੁੱਛਾਂਗੇ, ਐਂ ਨਹੀਂ ਜਾਣ ਦੇਵਾਂ। ਪਰ ਇਸ ਵਾਰ ਕੀ ਸਮਝਦ੿ਓ ਕਿ ਸਿਆਸਤਦਾਨਾਂ ਨੂੰ ਵੀ ਕੁਝ ਕਿਸਾਨੀ ਵਾਸਤੇ ਕੁਝ ਅਲੱਗ ਕਰਨਾ ਪਏਗਾ? ਦੇਖੋ, ਇਹ ਸਿਆਸਤਦਾਨਾਂ ਨੂੰ ਹੁਣ ਸਮਝ ਲੈਣਾ ਚਾਹੀਦਾ ਕਿ ਅੱਗੇ ਇਹਨਾਂ ਨੇ ਖੇਤੀ ਕਿੱਤੇ ਨੂੰ ਇਗਨੋਰ ਕੀਤਾ, ਹੁਣ ਤੱਕ ਪੰਜਾਬ ਦੀ ਅਰਥ ਵਿਵਸਥਾ ਜਿਹੜੀ ਆ ਉਹ ਖੇਤੀ 'ਤੇ ਟਿਕੀ ਹੋਈ ਆ, ਖੇਤੀ ਕਿੱਤੇ 'ਤੇ ਟਿਕੀ ਹੋਈ ਹੈ। ਜੇ ਪੰਜਾਬ ਨੂੰ ਉੱਚਾ ਚੁੱਕਣਾ ਤਾਂ ਖੇਤੀ ਨੂੰ ਉੱਚਾ ਚੁੱਕਣਾ ਜ਼ਰੂਰੀ ਹੈ। ਸੋ ਇਹ ਪੰਜਾਬ ਦੇ ਹੁਕਮਰਾਨਾਂ ਨੂੰ ਵੀ ਸਮਝਣਾ ਚਾਹੀਦਾ ਅਤੇ ਭਾਰਤ ਜਿਹੜਾ ਸਾਡਾ ਦੇਸ਼ ਹੈ ਉਹਨਾਂ ਨੂੰ ਇਹ ਦੇਖ ਲੈਣਾ ਚਾਹੀਦਾ ਕਿ ਕੋਰੋਨਾ ਕਾਲ ਦੇ ਵਿੱਚ ਆਰਥਿਕ ਪੱਖੋਂ ਸਾਰੇ ਇੰਡਸਟਰੀਆਂ ਵੱਲੋਂ ਸੱਟ ਵੱਜੀ, ਪਰ ਜੇਕਰ GDP ਨੂੰ ਸਟੈਂਡ ਕੀਤਾ ਥੋੜ੍ਹਾ ਬਹੁਤ ਤੇ ਉਹ ਐਗਰੀਕਲਚਰ ਸੈਕਟਰ ਨੇ ਕੀਤਾ, ਖੇਤੀ ਕਿਤੇ ਨੇ ਕੀਤਾ। ਇੱਕ ਵੱਡਾ ਮਸਲਾ ਵਾ, ਨਵਜੋਤ ਸਿੰਘ ਸਿੱਧੂ ਵੀ ਇਹ ਗੱਲ ਕਹਿ ਰਹੇ ਨੇ ਕਿ ਕਿਸਾਨੀ ਜਿਹੜੀ ਹੈ ਸਾਡੀ ਪੱਗ ਹੈ, ਸਾਡੀ ਰੀੜ ਦੀ ਹੱਡੀ ਹੈ। ਨਹੀਂ, ਉਹ ਕਹਿਣੇ ਅਤੇ ਕਰਨੇ 'ਚ ਬੜਾ ਅੰਤਰ ਹੁੰਦਾ ਹੈ। ਉਹ ਹਰ ਇੱਕ ਨੂੰ ਕਪਿਲ ਦਾ ਸ਼ੋਅ ਨਾ ਸਮਝੀ ਜਾਣ। ਉਹਨਾਂ ਨੂੰ ਮੈਂ ਅੱਗੇ ਵੀ ਕਿਹਾ ਸੀ ਨਵਜੋਤ ਸਿੰਘ ਸਿੱਧੂ ਨੂੰ ਜਦੋਂ ਉਹਨਾਂ ਨੇ ਪ੍ਰਧਾਨਗੀ ਸਾਂਭੀ ਆ, ਅਤੇ ਉਹ ਉਦੋਂ ਲਾਪੇ ਸੀ ਕਿਸਾਨਾਂ ਨੂੰ ਦੱਸਣ ਪਈਏ ਪਿਆਸੇ ਆ ਅਤੇ ਮੈਂ ਕੂਹਾਂ। ਸੋ ਇੱਦਾਂ ਦੀ ਸ਼ਬਦਾਵਲੀ ਉਹ ਨਾ ਵਰਤਣ। ਮੈਂ ਤਾਂ ਉਹਨਾਂ ਨੂੰ ਕਹਾਂਗਾ ਵਾਹਿਗੁਰੂ ਨਾਲ ਸਦਬੁੱਧੀ ਦੇਵੇ, ਸਟੇਜਾਂ 'ਤੇ ਚੜ੍ਹ ਕੇ ਬਹੁਤ ਟੱਪਣ ਨੱਚਣ ਨਾਲੋਂ ਕੋਈ ਕੰਮ ਕਰਕੇ ਵਿਖਾਉਣ। ਪਰ ਉਹ ਕਹਿ ਰਹੇ ਕਿ ਮੈਂ ਕਹਿ ਰਿਹਾ ਮੇਰੀ ਚੱਲਦੀ ਨਹੀਂ ਹੈ। ਨਹੀਂ, ਕੋਈ ਗੱਲ ਨਹੀਂ, ਵਾਹਿਗੁਰੂ ਕਿਰਪਾ ਕਰੇ, ਸੱਚ ਦੀ ਉਹ ਜਿੱਤ ਹੋਣੀ ਹੈ। ਜੇ ਸੱਚੇ ਮਨੋਂ ਕਰੇਗਾ ਤਾਂ ਵਾਹਿਗੁਰੂ ਉਹਦੇ ਨਾਲ ਹੋਏਗਾ, ਜੇ ਝੂਠ ਬੋਲੇਗਾ ਤਾਂ ਵਾਹਿਗੁਰੂ ਨੂੰ ਸੁੱਟ ਲਏਗਾ। ਐਤਕੀ ਜਿਹੜਾ ਹੈ ਪੰਜਾਬ ਦੇ ਵਿੱਚ ਇਲੈਕਸ਼ਨ ਦੇ ਵਿੱਚ, ਕਿਆ ਕੋਈ ਸਿਆਸੀ ਆਗੂ ਤੁਹਾਡਾ ਅਗਰ ਰਾਜਨੀਤੀ ਜਾਂਦਾ ਤਾਂ ਕੋਈ ਇਤਰਾਜ਼ ਹੋਏਗਾ? ਨਹੀਂ, ਸਾਨੂੰ ਕੀ ਇਤਰਾਜ਼ ਹੈ ਜੀ, ਸਾਨੂੰ ਕੀ ਇਤਰਾਜ਼ ਹੈ? ਤੁਹਾਡੇ ਕੋਈ SKM ਦਾ ਅਗਰ ਕੋਈ ਲੀਡਰ ਜਾਂਦਾ ਹੈ ਕੋਈ ਸਿਆਸਤ? ਦੇਖੋ, ਜੇ ਤਾਂ ਕੋਈ ਆਪਣੇ ਆਪ 'ਤੇ ਸਟੈਂਡ ਕਰਦੇ ਨੇ ਕਿਸਾਨ ਆਗੂ ਇਕੱਠੇ ਹੋ ਕੇ ਕਰਦੇ ਨੇ, ਫਿਰ ਤਾਂ ਅਸੀਂ SKM ਦੇ ਨਾਲ ਹੈ। ਜੇ ਬੱਤੀਆਂ ਦਾ ਕੋਈ ਫੈਸਲਾ ਕਰਦੇ ਨੇ ਉਹਨਾਂ ਦੇ ਨਾਲ ਹੈ। ਮੈਂ ਪਹਿਲਾਂ ਕਿਹਾ ਨਹੀਂ ਬੈਠਾਂਗੇ, ਚਰੂਨੀ ਸਾਹਿਬ ਨੂੰ ਹੁਣ ਰੋਕਿਆ ਸੀ, ਉਹ ਰੋਕੇ ਸਨ, ਹੁਣ ਉਹਨਾਂ ਨੂੰ ਬੈਠਾਂਗੇ। ਉਹਨਾਂ ਨੂੰ ਕਿਹਾ ਸੀ ਅੰਦੋਲਨ ਜਿੱਤ ਲਈਏ, ਉਹਦੇ ਬਾਅਦ ਫੈਸਲਾ ਲਵਾਂਗੇ ਆਪਾਂ ਰਲ ਕੇ, ਸਾਨੂੰ ਵੀ ਪੰਜਾਬ ਦੀ ਫਿਕਰ ਹੈ। ਸੋ ਇਸ ਕਰਕੇ ਆਪਾਂ ਹੁਣ 100 ਰੋ ਕੇ ਬੈਠਾਂਗੇ, ਕੋਈ ਐਸੀ ਗੱਲ ਹੈਗੀ 2022 ਦੇ ਵਿੱਚ ਅਸੀਂ ਕੁਝ ਕਰਾਂਗੇ? ਨਹੀਂ, ਮੈਂ ਤੁਹਾਨੂੰ ਕਿਹਾ ਕਿ ਮੈਂ ਪੋਲੀਟੀਕਲ ਇਲੈਕਸ਼ਨ, ਮੈਂ ਕਦੇ ਪੋਲੀਟੀਕਲ ਲਾਈਨ 'ਚ ਨਹੀਂ ਜਾਣਾ, ਮੇਰੀ ਜਥੇਬੰਦੀ ਨਹੀਂ ਜਾਣਾ। ਪਰ ਜੇ ਕੋਈ ਕਿਸਾਨ ਆਗੂ ਲੜੇਗਾ ਕਿਉਂ, ਇਹ ਜਿਹੜੀਆਂ ਰਵਾਇਤੀ ਪਾਰਟੀਆਂ ਨੇ ਕੋਈ ਰਜਿਸਟਰੀ ਕਰਾਈ ਹੋਈ ਹੈ ਪੰਜਾਬ ਦੀ ਆਪਣੇ ਨਾਂ 'ਤੇ, ਕੁਰਸੀਆਂ ਦੀ ਰਜਿਸਟਰੀ ਕਰਾਈ ਹੋਈ ਹੈ? ਕਿਸੇ ਨੂੰ ਹੱਕ ਨਹੀਂ, ਕੋਈ ਕਿਸਾਨ ਦਾ ਪੁੱਤਰ ਕੋਈ ਮਜ਼ਦੂਰ ਦਾ ਪੁੱਤਰ ਨਹੀਂ ਬੈਠ ਸਕਦਾ। ਕਿਹੜੀ ਪਾਰਟੀ ਦੇ ਕਿਰਦਾਰ ਮੰਨਦੇ ਜੀ ਕਿਸਾਨ ਆਗੂਆਂ ਦੇ ਵਿੱਚ, ਜਿਸ ਤਰ੍ਹਾਂ ਜਿਹਨਾਂ ਨੂੰ ਸਮਰਥਨ ਕੀਤਾ ਵਾ? ਕਿਹੜੀ ਪਾਰਟੀ? ਤੁਸੀਂ ਇਹ ਮੇਰੇ ਮੂੰਹ 'ਚ ਕਿਉਂ ਗੱਲ ਪਾਉਂਦੇ ਹੋ? ਮੈਂ ਕਿਸੇ ਪਾਰਟੀ ਨੂੰ ਗਾਲਾਂ ਕੱਢਾਂ? ਇਹਦੇ ਇਹਦਾ ਨਾ ਕਰਾਓ।